ਇਦੇ ਨਾਂ ਤੇ ਬਠਿੰਡਾ ਪਾਟੀ ਪਟਿੰਡਾ ਠੀਕ ਹੈ ਜੀ ਤਲਵੰਡੀ ਤਾਂ ਪਿਆ ਜੀ ਇੱਥੇ ਤਲਵੰਡੀ ਇੱਥੇ ਭਾਈਆਂ ਨੇ ਜ਼ਮੀਨ ਵੰਡੀ ਸੀ ਆਪਸ ਵਿੱਚ ਬਹਿ ਕੇ ਪਟੇ ਤੇ ਲਈ ਸੀ ਜ਼ਮੀਨ ਮਬੇ ਆਲੇ ਨੇ ਪਟਿਆਲੇ ਅੱਛਾ ਉਥੋਂ ਪੱਟੇ ਆਲਾ ਮੱਲਾ ਤਾਂ ਫਰੀਦਕੋਟ ਕੋਟਲੀ ਠੀਕ ਹੈ ਜੀ ਜਿਵੇਂ ਆਪਣਾ ਪ੍ਰਾਤਨ ਤੇ ਸਭਿਆਚਾਰ ਨਾਲ ਜੋੜਦੀਆਂ ਚੀਜ਼ਾਂ ਤੁਹਾਨੂੰ ਦਿਖਾਉਣੇ ਰਹੇ ਨੇ ਸ਼ੁਰੂ ਤੋਂ ਲੈ ਕੇ ਅੱਜ ਤੱਕ ਆਪਾਂ ਜੋ ਵੀ ਵੀਡੀਓ ਪਾਉਣੀ ਆਪਣੀ ਮਤਲਬ ਕੋਸ਼ਿਸ਼ ਹੁੰਦੀ ਹੈ ਵੀ ਪ੍ਰਾਤਨ ਆਪ ਚੀ ਦਿਖਾਉਂਦੇ ਰਹੀਏ ਪਰ ਅੱਜ ਜਿਹੜੀ ਨਾ ਚੀਜ਼ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਖਾਸ ਕਰਕੇ ਸਿੱਧੂ ਬਰਾੜ ਜਿਹੜੇ ਗੋਤ ਵਾਲੇ ਬਾਈ ਉਹਨਾਂ ਲਈ ਲੈ ਕੇ ਆਏ ਆ ਤੇ ਜਿੱਥੇ ਆਪਾਂ ਅੰਕਲ ਕੋਲ ਪਹੁੰਚੇ ਹੋਏ ਆ ਨਾ ਇਹਨਾਂ ਕੋਲੇ ਸਿੱਧੂ ਬਰਾੜ ਵੰਸ਼ ਦੀ ਕੱਲੀ ਕੱਲੀ ਡਿਟੇਲ ਆ ਸ਼ੁਰੂਆਤ ਕਿੱਥੋਂ ਹੋਈ ਆ ਤੇ ਅੰਕਲ ਦੇ ਪਰਿਵਾਰ ਤੱਕ ਦਾ ਬਾਇਓ ਡਾਟਾ ਅੰਕਲ ਨੇ ਬਣਾ ਕੇ ਰੱਖਿਆ ਹੋਇਆ ਤੇ ਉਹ ਆਪਾਂ ਤੁਹਾਨੂੰ ਸਾਰਾ ਵੀਡੀਓ ਦੇ ਵਿੱਚ ਦਿਖਾਵਾਂਗੇ ਤੇ ਆਪਾਂ ਗੱਲਬਾਤ ਕਰਾਂਗੇ ਹਾਂਜੀ ਜੈਸਰ ਮੇਲ ਤੋਂ ਚੱਲ ਕੇ ਰਾਜਾ ਜੈਸਲ ਨੇੜੇ ਆ ਕੇ ਖਾਦ ਠੀਕ ਹੈ ਜੀ ਸਭ ਤੋਂ ਪਹਿਲਾਂ ਜੈਸਲ ਮੇਰ ਤੋਂ ਚੱਲ ਕੇ ਮਤਲਬ ਜੇ ਸਿੱਧੂ ਬਰਾੜ ਜਿਹੜਾ ਵੰਸ਼ ਹੈ ਉਹ ਜੈਸਲ ਮੇਰ ਤੋਂ ਸ਼ੁਰੂ ਹੋਇਆ ਹਾਂ ਰਾਜੇ ਜੈਸਲ ਦੀ ਇਲਾਦਾ ਜੀ ਉੱਥੋਂ ਚੱਲ ਕੇ ਆ ਕੇ ਫਿਰ ਵਿੱਚ ਦੀ ਇਹ ਬਾਬਾ ਸਿੱਧੂ ਠੀਕ ਹੈ ਜੀ ਜੀ ਨੇ ਇਹਨਾਂ ਦਾ ਰਾਜ ਥੋੜਾ ਜਿਹਾ ਖੁੱਸ ਗਿਆ ਸੀ ਜੈਸਲਾਂ ਦਾ ਠੀਕ ਹੈ ਜੀ ਫਿਰ ਬਾਬੇ ਸਿੱਧੂ ਨੇ ਦੁਬਾਰੇ ਅਕੂਪਾਈ ਕੀਤਾ ਉਹਨਾਂ ਕੁਝ ਹੱਦ ਤਿੱਕਰ ਜਿਆਦੇ ਠੀਕ ਹੈ ਜੀ ਉਸ ਤੋਂ ਬਾਅਦ ਫਿਰ ਬਰਾੜ ਬਰਾੜ ਬਾਬੇ ਨੇ ਵੀ ਵਾਵਾ ਕੀਤਾ ਜੀ ਦੁਬਾਰੇ ਅਕੂਪਾਈ ਠੀਕ ਹੈ ਜੀ ਇੱਥੇ ਬਾਬਾ ਸਾਹਬ ਸੁਣਿਆ ਕਿ ਤਲਵੰਡੀ ਸਾਬੋ ਦਾ ਰੱਖਿਆ ਜੀ ਠੀਕ ਹੈ ਜੀ ਤਲਵੰਡੀ ਸਾਬੋ ਜਿਹੜਾ ਨਾਮ ਪਿਆਗਾ ਉਹ ਬਾਬੇ ਸਾਹਬ ਸੁ ਤੋਂ ਪਿਆ ਹੋਇਆ ਹਾਂਜੀ ਪਹਿਲਾਂ ਤਾਂ ਸਾਬੋ ਹੀ ਸੀ ਕਿੱਲਾ ਨਾਂ ਠੀਕ ਹੈ ਜੀ ਤਲਵੰਡੀ ਤਾਂ ਪਿਆ ਜੀ ਇੱਥੇ ਤਲਵੰਡੀ ਇੱਥੇ ਭਾਈਆਂ ਨੇ ਜ਼ਮੀਨ ਵੰਡੀ ਸੀ ਆਪਸ ਵਿੱਚ ਬਹਿ ਕੇ अच्छा जी उर्दू ਦਾ ਸ਼ਬਦ ਆ ਤਲਵੰਡੀ ਠੀਕ ਹੈ ਜੀ ਉਹ ਉੱਥੋਂ ਫਿਰ ਤਲਵੰਡੀ ਸਾਬੋ ਪੈ ਗਿਆ ਸੀ ਵੀ ਇੱਥੇ ਬਹਿ ਕੇ ਵੰਡੀ ਠੀਕ ਹੈ ਤੇ ਕੁਝ ਲੋਕਾਂ ਦਾ ਨਾ ਇੱਕ ਇਹ ਵੀ ਮੈਂ ਸੁਣਿਆਗਾ ਵੀ ਸਾਬੋ ਕਹਿੰਦੇ ਆ ਵੀ ਇਹ ਕਿਸੇ ਔਰਤ ਦੇ ਨਾਂ ਤੋਂ ਬਣਿਆ ਹੋਇਆ ਹਾਂ ਕੁਝ ਇਤਿਹਾਸਕਾਰਾਂ ਨੇ ਇਹਨੂੰ ਸਾਬੋ ਨੂੰ ਔਰਤ ਵੀ ਜਨਾਨੀ ਦੇ ਨਾਂ ਤੇ ਦਰਸਾਇਆਗਾ ਪਰ ਨਹੀਂ ਇਹ ਬਾਬਾ ਸਾਬ ਸਿੰਘ ਸੀਗਾ ਜਿਹਨੇ ਤਲਵੰਡੀ ਬਸਾਈ ਸੀ ਆਕੇ ਇਹ ਨਗਰ ਬਸਾਇਆ ਸੀਗਾ ਉਹਦੀ ਅਸੀਂ ਵੰਸਾਂਗੇ ਠੀਕ ਹੈ ਜੀ ਉਸ ਤੋਂ ਅੱਗੇ ਜੀ ਉਸ ਤੋਂ ਬਾਅਦ ਬਾਬਾ ਫਿਰ ਦਲ ਸਿੰਘ ਠੀਕ ਹੈ ਜੀ ਜਦੋਂ ਗੁਰੂ ਸਾਹਿਬ ਆਏ ਸੀ ਬਾਬਾ ਦਲ ਸਿੰਘ ਦਾ ਇੱਥੇ ਸੀਗਾ ਚੌਧਰੀ ਸੀਗੇ ਇਸ ਇਲਾਕੇ ਦੇ ਠੀਕ ਹੈ ਜੀ ਉਹਨਾਂ ਨੇ ਗੁਰੂ ਸਾਹਿਬ ਨਾਲ ਜਾ ਕੇ ਲੱਖੀ ਜੰਗਲ ਤੋਂ ਲੈ ਕੇ ਆ ਕੇ ਇੱਥੇ ਰੱਖੇ ਸੀ ਗੁਰੂ ਸਾਹਿਬ ਨਾਲ ਪਿਆਰ ਪਿਆ ਉਹਨਾਂ ਨੂੰ ਇੱਥੇ ਰੱਖਿਆ ਆਪਣੇ ਘਰੇ ਰੱਖਿਆ ਬਾਬੇ ਨੇ ਉਹਨਾਂ ਟਾਈਮਾਂ 'ਚ ਗੁਰੂ ਸਾਹਿਬ ਨੂੰ ਸਰਕਾਰੀ ਫੌਜ ਤੱਤਵਾਦੀ ਸਮਝਦੀ ਸੀਗੀ ਠੀਕ ਹੈ ਜੀ ਪਰ ਬਾਬੇ ਨੇ ਆਪ ਦੇ ਇੱਥੇ ਵੀ ਗੁਰੂ ਸਮਝ ਕੇ ਰੱਖਿਆ ਠੀਕ ਹੈ ਜੀ ਇੱਥੇ ਰਹੇ 9 ਮਹੀਨੇ 9 ਘੜੀਆਂ 9 ਦਿਨ 9 ਘੜੀਆਂ ਇੱਥੇ ਇੱਥੇ ਬੈਠ ਕੇ ਹੀ ਗੁਰੂ ਸਾਹਿਬ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਪੂਰਨ ਕੀਤਾ ਸੀ ਹਾਂਜੀ ਪਹਿਲਾ ਪੋਥੀਆਂ ਤਾਇਪ ਸੀਗਾ ਕੱਡੋ ਡੀ ਪਿਆ ਸੀ ਠੀਕ ਹੈ ਜੀ ਉਹ ਫਿਰ ਭੇਜੇ ਸੀ ਸਿੰਘ ਵੀ ਦੇ ਦਿਓ ਸਾਨੂੰ ਠੀਕ ਹੈ ਜੀ ਕਈ ਮਨਤਾ ਨੇ ਜਵਾਬ ਦਿੱਤਾ ਸੀ ਮਨਤਾ ਕੋਲੇ ਪਈਆਂ ਸੀ ਜੀ ਫੋਥੀਆਂ ਹੋ ਮਤਲਬ ਠੀਕ ਹੈ ਜੀ ਫਿਰ ਗੁਰੂ ਸਾਹਿਬ ਨੇ ਭਾਈ ਹਾਰਤ ਉਚਾਰਨ ਕੀਤਾ ਸੀ ਠੀਕ ਹੈ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਤੇ ਭਾਈ ਮਨੀ ਸਿੰਘ ਨੇ ਲਿਖਿਆ ਸੀ ਤੇ ਪਹਿਲਾ ਪ੍ਰਗਾਸ਼ ਬਾਬਾ ਦੀਪ ਸਿੰਘ ਨੇ ਠੀਕ ਹੈ ਜੀ ਕੀਤਾ ਸੀ ਇੱਥੇ ਜੀ ਠੀਕ ਹੈ ਜੀ ਪੁਰਗਰਾਂ ਸਾਹਿਬ ਦਾ ਇੱਥੇ ਇੱਕ ਹੋਰ ਵੀ ਚੀਜ਼ ਆਪਾਂ ਦਿਖਾਉਣੇ ਦਰਸ਼ਕਾਂ ਨੂੰ ਬਾਬਾ ਡੱਲਾ ਸਿੰਘ ਜੀ ਆਪਣੇ ਬਿਲਕੁਲ ਨਾਲ ਹੀ ਰਹਿੰਦਾ ਬਾਬਾ ਡੱਲਾ ਸਿੰਘ ਜੀ ਦਾ ਸਾਡੇ ਪਰਿਵਾਰ ਚੋਂ ਹੀ ਆ ਜੀ ਠੀਕ ਹੈ ਜੀ ਉਹ ਉਹ ਉਹਨਾਂ ਦੇ ਘਰੇ ਸ਼ਸਤਰ ਵਸਤਰ ਪਏ ਆ ਉਹ ਜਿਵੇਂ ਭਾਈਆਂ ਦੀ ਵੰਡ ਛੋਟੇ ਨੂੰ ਆਗੇ ਸੀਗੇ ਠੀਕ ਹੈ ਜੀ ਤੇ ਉੱਥੇ ਕਦੋਂ ਵੀ ਦਰਸ਼ਨ ਕਰ ਸਕਦੇ ਨਹੀਂ ਆਪਾਂ ਜੀ ਹਾਂ ਜੀ 24 ਘੰਟੇ ਨਿਸ਼ਕਾਮ ਸੇਵਾ ਉਹਨਾਂ ਦੀ ਠੀਕ ਹੈ ਜੀ ਬਹੁਤ ਵਧੀਆ ਸੇਵਾ ਕਰਦੇ ਆਗੇ ਦਰਸ਼ਨ ਕਰਾਉਂਦੇ ਆਗੇ ਵਿਸਾਖੀ ਨੂੰ ਲੰਗਰ ਵੀ ਲਾਉਂਦੇ ਆਗੇ ਉੱਥੇ ਠੀਕ ਹੈ ਜੀ ਬਹੁਤ ਵੱਡੀ ਬਹੁਤ ਵੱਡੀ ਕੋਈ ਛਡਾਵਾ ਨਹੀਂ ਕੋਈ ਕੁਛ ਨਹੀਂ ਇੱਕ ਬੰਦਾ ਜੇ ਉਹਨੂੰ ਵੀ ਦਰਸ਼ਨ ਕਰਾਉਣਿਆ 10 ਆਜਨ ਉਹਨੂੰ ਵੀ ਕਰਾਉਣਿਆ ਠੀਕ ਹੈ ਜੀ ਕਿਤੇ ਗੱਲ ਤੋਂ ਮਨਾ ਨਹੀਂ ਹੈਗਾ ਵੀ ਸ਼ਾਮ ਨੂੰ ਜ਼ਰੂਰ ਜਦੋਂ ਸਖਾਸਨ ਕਰ ਦਿੰਦੇ ਆ ਉਸ ਤੋਂ ਬਾਅਦ ਨਹੀਂ ਠੀਕ ਹੈ ਜੀ ਤਕਰੀਬਨ 6:30 ਵਜੇ ਸਖਾਸਨ ਕਰ ਦਿੰਦੇ ਆ ਸਵੇਰੇ 8:00 ਵਜੇ ਤੋਂ ਲੈ ਕੇ ਉਨੇ ਟਾਈਮ ਚ ਦਰਸ਼ਨ ਕਰਾਈ ਜਾਂਦੇ ਆ ਵਿਸਾਖੀ ਵਾਲੇ ਦਿਨ 24 ਘੰਟੇ ਕਰਾਉਂਦੇ ਆ ਠੀਕ ਹੈ ਜੀ ਜਦੋਂ ਸੰਗਤ ਤੇ ਅੱਗੇ ਇੱਥੇ ਇੱਕ ਚੀਜ਼ ਹੋਰ ਵੀ ਹੈ ਨਾ ਜੀ ਸਿੰਘ ਸ਼ਬਦ ਇੱਥੇ ਆ ਕੇ ਲੱਗਿਆ ਹੈ ਨਾ ਜੀ ਜਦੋਂ ਗੁਰੂ ਬਾਬੇ ਡੱਲੇ ਨੂੰ ਗੁਰੂ ਸਾਹਿਬ ਨੇ ਕਿਹਾ ਵੀ ਭਾਈ ਡੱਲਿਆ ਤੂੰ ਅੰਮ੍ਰਿਤ ਸ਼ਕਲਾ ਅੰਮ੍ਰਿਤ ਦੀ ਮਹਾਨਤਾ ਦੱਸੀ ਠੀਕ ਹੈ ਜੀ ਪਹਿਲਾਂ ਉਹਦਾ ਹੰਕਾਰ ਤੋੜਿਆ ਬੰਦੂਖ ਦਾ ਨਿਸ਼ਾਨਾ ਬਖਸ਼ ਫਰਖਿਆ ਠੀਕ ਹੈ ਜੀ ਉਦੋਂ ਫਿਰ ਗੁਰੂ ਸਾਹਿਬ ਨੇ ਹਾਂ ਜੀ ਫਿਰ ਉਹਨਾਂ ਨੇ ਦੱਸਿਆ ਵੀ ਅੰਮ੍ਰਿਤਸਰ ਕਿਵੇਂ ਇਹਦੇ ਚ ਦਲੇਰੀ ਆਉਂਦੀ ਆ ਫਿਰ ਬਾਬੇ ਨੇ ਅੰਮ੍ਰਿਤਸਰ ਕਿਹਾ ਸਾਰੀ ਸਾਰੀ ਰਾਤ ਬਾਬਾ ਪਹਿਰਾ ਦਿੰਦਾ ਹੁੰਦਾ ਸੀ ਗੁਰੂ ਸਾਹਿਬ ਦੇ ਕਮਰੇ ਮੂਹਰੇ ਖੜ ਕੇ ਗੁਰੂ ਸਾਹਿਬ ਕਹਿਣ ਲੱਗੇ ਉੱਥੇ ਜਿੱਥੇ ਅਕਾਲ ਪੁਰਖ ਸਾਹਿਬ ਦੇ ਬੈਕਸਾਈਡ ਤੇ ਸੇਵਾ ਵਾਲਿਆਂ ਦਾ ਲੰਗਰ ਆ ਜੀ ਉੱਥੇ ਬਾਬੇ ਦਾ ਰੈਜ਼ੀਡੈਂਸ ਸੀਗਾ ਪੁਰਾਣਾ ਉਹ ਗੁਰੂ ਸਾਹਿਬ ਕਹਿਣ ਲੱਗੇ ਵੀ ਭਾਈ ਡੱਲਿਆ ਸਾਨੂੰ ਜਗਾ ਦੇ ਅਸੀਂ ਦੀਵਾਨ ਸਜਾਉਣੇ ਆ ਫਿਰ ਬਾਬਾ ਡੱਲਾ ਉੱਥੋਂ ਛੱਡ ਕੇ ਜੀ ਆਪ ਇੱਥੇ ਮੂਰੇ ਅੱਗੇ ਆ ਕੇ ਇੱਥੇ ਹੁਣ ਵਸਤਰ ਸ਼ਸਤਰ ਵਾਲੇ ਘਰ ਆ ਠੀਕ ਹੈ ਜੀ ਇੱਥੇ ਆ ਕੇ ਮੂਰੇ ਉਦੋਂ ਬਰਨਾਲਾ ਜ਼ਿਲ੍ਹਾ ਹੁੰਦਾ ਸੀ ਉੱਥੇ ਵਜ਼ੀਰ ਸੀਗਾ ਠੀਕ ਹੈ ਜੀ ਅੱਗਾ ਰੁੱਕਿਆ ਸੀ ਵੀ ਜਦੋਂ ਆਉਣਗੇ ਢਾੜ ਵੀ ਜਾਂ ਕੋਈ ਫੌਜ ਆਉਗੀ ਪਤਾ ਲੱਗ ਜਾਊਗਾ ਪਹਿਲਾਂ ਮੂਰੇ ਮੈਂ ਬੈਠੂਗਾ ਫਿਰ ਗੁਰੂ ਸਾਹਿਬ ਤੇ ਕਰ ਪਹੁੰਚਨ ਦੇਊਗਾ ਇਤੋਂ ਦੇ ਚੌਧਰੀ ਬਾਬਾ ਦਲ ਸਿੰਘ ਨੂੰ ਗੁਰੂ ਸਾਹਿਬ ਦੀ અપਾਰ ਕਿਰਪਾ ਹੋਈ ਜੀ ਉਹਨਾਂ ਨੇ ਬਹੁਤ ਕੁਝ ਬਖਸ਼ਿਸ਼ਾਂ ਦੇਣ ਦੀ ਕੋਸ਼ਿਸ਼ ਕੀਤੀ ਠੀਕ ਹੈ ਜੀ ਇਹ ਇੱਕ ਵਾਰੀ ਦਸਨ ਚ ਆਇਆ ਵੀ ਇਤਿਹਾਸਕਾਰ ਦੱਸਦਿਆ ਵੀ ਉਹਨਾਂ ਨੇ ਗੁਰੂ ਗੁਰੂ ਸਾਹਿਬ ਨੇ ਬਾਬੇ ਡੱਲੇ ਨੂੰ ਦਿੱਲੀ ਦਾ ਰਾਜ ਵੀ ਕਿਹਾ ਵੀ ਇੱਥੇ ਚੱਲ ਤੈਨੂੰ ਡੱਲੇ ਦਿੱਲੀ ਦਾ ਰਾਜ ਦਿਵਾਵਾਂ ਪਰ ਬਾਬੇ ਡੱਲੇ ਨੇ ਕੁਝ ਨਹੀਂ ਮੰਗਿਆ ਸਿਰਫ ਇੱਕ ਪੀੜੀ ਜਿੰਨੀ ਜਗ੍ਹਾ ਗੁਰੂ ਸਾਹਿਬ ਨੂੰ ਕਿਹਾ ਵੀ ਮੈਨੂੰ ਆਪਦੇ ਚਰਨਾਂ ਵਿੱਚ ਦੇ ਦਿਓ ਜੋ ਕਿ ਅੱਜ ਵੀ ਵਜੂਦ ਆ ਬਾਬੇ ਦੀ ਸਮਾਦ ਬਣੀ ਵੀ ਆ ਗੁਰੂ ਸਾਹਿਬ ਦੇ ਵਚਨ ਹੋਏ ਵੇ ਆ ਕਿ ਭਾਈ ਤੇਰੀ ਯਾਦਗਾਰ ਚ ਇੱਥੇ ਬਣੂਗੀ ਤੇ ਇੱਕ ਮੰਗ ਇੱਕ ਮੰਗਿਆ ਸੀ ਉਹਨਾਂ ਟਾਈਮਾਂ ਚ ਕਾਲ ਪਿਆ ਸੀ ਜਦੋਂ ਗੁਰੂ ਸਾਹਿਬ ਇੱਥੇ ਆਏ ਸੀ ਬਾਬੇ ਡੱਲੇ ਨੇ ਪਰਜਾ ਵਾਸਤੇ ਮੰਗ ਕੀਤੀ ਸੀ ਮੇਰੀ ਪਰਜਾ ਜੀ ਬਹੁਤ ਔਖੀ ਆ ਕਾਲ ਪਿਆ ਵਾ ਕੋਈ ਕਰੋ ਵਰਖਾ ਪਵੇ ਕੋਈ ਕਹਿੰਦੇ ਬਹੁਤ ਜਿਆਦੇ ਜਦੋਂ ਗੁਰੂ ਸਾਹਿਬ ਤਿੰਨ ਦਿਨ ਕੁਛ ਦੇਰੇ ਕੋਈ ਗੱਲ ਮੰਗੀ ਵੀ ਵਰਖਾ ਜੀ ਵਰਖਾ ਪਵੇ ਤੇ ਫਿਰ ਕਹਿੰਦੇ 7 ਦਿਨ ਇੰਨੀ ਇੰਨਾ ਮੀਂਹ ਪਿਆ ਬਹੁਤ ਵਧੀਆ ਸਮਾਂ ਲੱਗਿਆ ਠੀਕ ਹੈ ਜੀ ਤੇ ਫਸਲਾਂ ਭਰਪੂਰ ਹੋ ਗਈਆਂ ਗੁਰੂ ਸਾਹਿਬ ਦੀ ਕਿਰਪਾ ਨਾਲ ਤੇ ਬਹੁਤ ਵੀ ਮਤਲਬ ਬਹੁਤ ਵੱਡੀ ਗੱਲ ਹੈਗੀ ਵੀ ਜਦੋਂ ਕੁਝ ਮਿਲਦਾ ਹੋਵੇ ਉਹਨੇ ਉਹ ਨਹੀਂ ਲੈਂਦਾ ਉਹਨੇ ਆਪਦੀ ਪ੍ਰਜਾ ਲਈ ਤੇ ਆਪਦੇ ਲੋਕਾਂ ਲਈ ਮਤਲਬ ਪ੍ਰਜਾ ਲਈ ਮੰਗਿਆ ਜੋ ਮੰਗਿਆ ਹਾਂਜੀ ਆ ਉਹਦੇ ਇਲਾਕੇ ਲਈ ਮੰਗਿਆ ਵੀ ਇੱਥੇ ਜੀ ਕਾਲ ਪਿਆ ਵਾ ਲੋਕ ਦੁਖੀ ਆ ਫਿਰ ਜਦੋਂ ਕੱਚੇ ਵਰਖਾਂ ਨਾਲ ਜਿਆਦੇ ਨਾਲ ਮਕਾਨ ਵੀ ਢਹਿਣ ਲੱਗ ਗਏ ਸੀ ਕੱਚੇ ਖੋਲੇ ਠੀਕ ਹੈ ਜੀ ਉਦੋਂ ਤੱਕ ਕੱਚੀਆਂ ਹੀ ਹੁੰਦੀਆਂ ਸੀ ਸਭਾਤਾਂ ਖੋਲੇ ਉਹ ਫਿਰ ਵੀ ਬੇਨਤੀ ਕੀਤੀ ਵੀ ਜੀ ਬਸ ਹੁਣ ਬੰਦ ਕਰਾ ਦਿਓ ਹੋਰ ਜਿਆਦੇ ਨੁਕਸਾਨ ਹੋਣ ਲੱਗ ਗਿਆ ਪਰ ਜਾ ਦੁਖੀ ਇਧਰੋਂ ਵੀ ਹਾਂ ਮਾਲਾ ਆਪਦੀ ਪ੍ਰਜਾ ਲਈ ਮੰਗਿਆ ਜੋ ਮੰਗਿਆ ਆਪਦੇ ਲਈ ਨਹੀਂ ਕੁਝ ਮੰਗਿਆ ਠੀਕ ਹੈ ਠੀਕ ਹੈ ਜੀ ਅੱਗੇ ਜੀ ਬਾਬਾ ਡੱਲਾ ਜੀ ਤੋਂ ਬਾਅਦ ਦਾ ਦੱਸੋ ਜੀ ਬਾਬਾ ਡੱਲਾ ਸਿੰਘ ਤੋਂ ਬਾਅਦ ਜੀ ਘਾਂ ਪੀੜੀ ਵਾਦੀ ਗਈ ਹਾਂਜੀ ਇੱਧਰ ਬਰਾੜ ਤੋਂ ਬਾਅਦ ਅਸੀਂ ਇੱਧਰ ਜਿਵੇਂ ਜਰਸੀ ਹਾਂ ਆ ਆ ਦੁੱਲਾੜੇ ਦਾ ਬਰਾੜ ਦਾ ਮੁਕਸਰ ਫਰੀਦਕੋਟ ਰਹਿ ਗਿਆ ਠੀਕ ਹੈ ਜੀ ਕੋਟਕਪੂਰਾ ਮੁਕਸਰ ਫਰੀਦਕੋਟ ਨੀ ਵਾਗੇ ਜੀ ਠੀਕ ਹੈ ਜੀ ਜਿਹੜੇ ਆਹਾ ਆਗੇ ਇੱਧਰ ਬਾਹੋ ਵਾਲੇ ਹਾਂਜੀ ਮਹਰਾਜ ਵਾਲੇ ਇਹ ਮਹਾਰਾਜਾ ਪਟਿਆਲਾ ਦੀ ਵੰਸ ਆ ਗਿਆ ਜੀ ਸਾਰਾ ਠੀਕ ਹੈ ਜੀ ਉਮੇ ਜੂ ਕੁਰੂ ਜੀ ਮੈਂ ਜੇ ਮੈਂ ਚੱਲਿਆ ਅਬਾਬਾ ਆਲਾ ਸਿੰਘ ਪਟਿਆਲੇ ਜਾ ਕੇ ਵਸਿਆ ਪਟਿਆਲਾ ਰਿਆ ਹਸਤ ਜਿਹੜੀ ਜਿਹ ਤੋਂ ਪਟਿਆਲਾ ਬਣਿਆ ਹਾਂਜੀ ਠੀਕ ਹੈ ਜੀ ਪੱਟੇ ਤੇ ਲਈ ਸੀ ਜ਼ਮੀਨ ਮਬੇ ਆਲੇ ਨੇ ਪਟਿਆਲੇ ਅੱਛਾ ਉਦੋਂ ਪੱਟੇ ਆਲਾ ਹਾਂ ਉਦੋਂ ਬਾਅਦ ਪੱਟੇ ਨਾਲ ਆਲਾ ਉਹਨਾਂ ਦਾ ਨਾਮ ਹੋ ਗਿਆ ਆਲਾ ਨਾਮ ਠੀਕ ਹੈ ਜੀ ਕੈਪਟਨ ਅਮਰਿੰਦਰ ਸਿੰਘ ਦੇ ਮਤਲਬ ਇਹ ਸਾਰਾ ਹੋਰ ਫਾਦਰਸ ਠੀਕ ਹੈ ਜੀ ਹੰਨੀ ਰਾਣੇਂਦਰ ਸਿੰਘ ਟਿੱਕਰ ਇਹ ਹਿਸਟਰੀ ਦਾ ਸਾਨੂੰ ਪਤਾ ਸੀ ਠੀਕ ਹੈ ਜੀ ਤੇ ਤੇ ਇਹ ਸਾਡੇ ਗ੍ਰੈਂਡਫਾਦਰ ਦੇ ਵੀ ਕਿੰਨਾ ਨੇ ਦੱਸਿਆ ਤੁਹਾਨੂੰ ਸਾਰੀ ਹਿਸਟਰੀ ਮਤਲਬ ਸਰਦਾਰ ਬਲਵਿੰਦਰ ਸਿੰਘ ਸਿੱਧੂ ਜੀ ਠੀਕ ਹੈ ਜੀ ਮੇਰੇ ਗ੍ਰੈਂਡਫਾਦਰ ਉਹਨਾਂ ਦੇ ਯਾਦ ਸੀ ਇਹ ਠੀਕ ਹੈ ਹਿਸਟਰੀ ਉਸ ਤੋਂ ਬਾਅਦ ਬ੍ਰਦਰ ਨੇ ਜਦੋਂ ਲਿਖ ਲਈ ਕਾਪੀ ਤੇ ਕਾਪੀ ਤੇ ਉਦੋਂ ਆਲ ਪੰਜ ਸੱਤ ਥਾਂ ਹੋਰ ਮਲਾਈ ਤੇ ਉਹ ਸਹੀ ਦੀ ਸੀ ਹਾਂ ਪਰ ਇਹ ਚਾਰਟਚਾਰਨ ਕਰਕੇ ਠੀਕ ਹੈ ਜੀ ਤੇ ਇਸ ਤੋਂ ਅੱਗੇ ਵੀ ਦੱਸੋ ਜੀ ਆਪਣਾ ਇਧਰੋਂ ਆ ਜਾਂਦਾ ਇਹ ਉੱਬਾ ਵਗੈਰਾ ਖਾਣਾ ਇਹ ਮਤਲਬ ਸਾਰਾ ਇਹ ਇਧਰੋਂ ਖੜਕ ਸਿੰਘ ਆ ਗਿਆ ਜਾਨੀ ਤੇ ਹਾਂ ਜੀ ਆ ਜਿਵੇਂ ਹੁਣ ਬਾਬੇ ਡੱਲੇ ਹੋរី ਛੇ ਭਰਾ ਸੀਗੇ ਜੀ ਠੀਕ ਹੈ ਜੀ ਇੱਕ ਫਰੀਦਕੋਟ ਬਾਬਾ ਮੱਲਾ ਤਾਂ ਫਰੀਦਕੋਟ ਕੋਟਲੀ ਠੀਕ ਹੈ ਜੀ ਬਾਬੇ ਡੱਲੇ ਦੇ ਹਲਾਦ ਹੈ ਨਹੀਂ ਸੀ ਠੀਕ ਹੈ ਜੀ ਬਾਬਾ ਵੀਰ ਸਿੰਘ ਤਲਵੰਡੀ ਸੀਗੇ ਅਸੀਂ ਠੀਕ ਹੈ ਜੀ ਬਾਬਾ ਵੀਰ ਸਿੰਘ ਦੀ ਲਾਦਾਂਗੇ ਠੀਕ ਹੈ ਜੀ ਇਹ ਉੱਡ ਦਸੌਂਦੀਆ ਕੋਟ ਤਰਮੂ ਵਾਲੇ ਬਾਬੇ ਇਹ ਹਮੀਰੇ ਦੀ ਲਾਦ ਆਗੇ ਜੀ ਠੀਕ ਹੈ ਜੀ ਆ ਸਰਦਾਰਗੜ ਚੁੱਗਿਆਂ ਵਾਲੇ ਬਾਬੇ ਨੱਥੂ ਦੀ ਲਾਦ ਆਗੇ ਠੀਕ ਹੈ ਜੀ ਤੇ ਬਾਬੇ ਲਾਲਚੰਦ ਦੀ ਲਾਦ ਨੰਗਲ ਕਲਾਂ ਇਸ ਅਸੀਂ ਨੰਗਲ ਤੋਂ ਆਏ ਹੋਏ ਮਦਰ ਸਾਹਿਬ ਦੀ ਸਿੱਧੂ ਅਸੀਂ ਇਧਰ ਆ ਗਏ ਆਂ ਨੰਗਲ ਕਲਾਂ ਜੀ ਚਲੋ ਠੀਕ ਹੈ ਜੀ ਉਸ ਤੋਂ ਅੱਗੇ ਨੀਚੇ ਜੀ ਉਸ ਤੋਂ ਬਾਅਦ ਆਹਾ ਫਿਰ ਤਾਂ ਸਾਡਾ ਆਪਦਾ ਪਰਿਵਾਰ ਹੀ ਆ ਗਿਆ ਜੀ ਇੱਥੇ ਠੀਕ ਹੈ ਜੀ ਆ ਆ ਇੱਥੇ ਦੋ ਭਰਾ ਹੋਗੇ ਸੀਗੇ ਪਹਿਲਾਂ ਇੱਕੋ ਹੀ ਆਉਂਦੇ ਸੀਗੇ ਹਰੀ ਸਿੰਘ ਟਿੱਕਰ ਠੀਕ ਹੈ ਜੀ ਹਰੀ ਸਿੰਘ ਦੇ ਦੋ ਲੜਕੇ ਹੋਏ ਖੜਕ ਸਿੰਘ ਤੇ ਜੈ ਸਿੰਘ ਠੀਕ ਹੈ ਜੀ ਇਹ ਉਦੋਂ ਬਾਅਦ ਖੜਕ ਸਿੰਘ ਦੇ ਬੇਟੇ ਦੇ ਨਾਂ ਤੇ ਤੇ ਜੈ ਸਿੰਘ ਦੇ ਨਾਂ ਤੇ ਇਹ ਪੱਤੀ ਚੱਲਦੀਆਂ ਜੀ ਦੋ ਪੁੱਤੀਆਂ ਜਿਮੀ ਜਿਹੜੇ ਤਲਵੰਡੀ ਸਾਹਿਬ ਦੀ ਹਾਂ ਜੀ ਠੀਕ ਠੀਕ ਪੱਤੀ ਜੈ ਸਿੰਘ ਤੇ ਪੱਤੀ ਕਿਸ਼ਨ ਸਿੰਘ ਠੀਕ ਹੈ ਜੀ ਅੱਜ ਵੀ ਉਹ ਚੱਲਦੀਆਂ ਗਈਆਂ ਚੱਲਦੀਆਂ ਠੀਕ ਹੈ ਤੇ ਅੱਗੇ ਤੁਹਾਡੀ ਜਿਨ੍ਹਾਂ ਦੇ ਸ਼ਸਤਰ ਵਸਤਰ ਪਏ ਆ ਇਹਨਾਂ ਦੇ ਫਿਰ ਇਕੱਲੇ ਹੀ ਆਈ ਗਏ ਆ ਬਾਬਾ ਕਿਸ਼ਨ ਸਿੰਘ ਬਾਬਾ ਹੀਰਾ ਸਿੰਘ ਬਾਬਾ ਸ਼ਮਸ਼ੇਰ ਸਿੰਘ ਜੀ ਠੀਕ ਹੈ ਜੀ ਉਹਨਾਂ ਦੇ ਫਿਰ ਤਿੰਨ ਬੱਚੇ ਹੋਏ ਆ ਠੀਕ ਹੈ ਜੀ ਠੀਕ ਹੈ ਠੀਕ ਜਿਨ੍ਹਾਂ ਦੇ ਕਰੇ ਵਸਤਰ ਸ਼ਸਤਰ ਪਏ ਆ ਠੀਕ ਹੈ ਜੀ ਤੇ ਇਧਰੋਂ ਆਪਣੇ ਪਰਿਵਾਰ ਦਾ ਵੀ ਦੱਸੋ ਜਿਵੇਂ ਹੁਣ ਬਾਈ ਹੋਰੀ ਆਪਣਾ ਨਾਂ ਹਰਵੀਰ ਸਿੰਘ ਹੈਗਾ ਆਪਾਂ ਕੈਮੀ ਪੀੜੀ ਆ ਤੇ ਆਪਣੇ ਬੇਟੇ ਅਸੀਮਾ ਬੇ ਡੱਲੇ ਤੋਂ 12ਵੀਂ ਪੀੜੀ ਤੇ ਆਈ ਬੱਚੇ 13ਵੀਂ ਪੀੜੀ ਤੇ ਆ ਬੱਚੇ 13ਵੀਂ ਤੇ ਆ ਆਗੇ ਆਪਾਲ ਬਾਈ ਸਰਵਿੰਦਰ ਹੋ ਗਿਆ ਅਮਰਿੰਦਰ ਆਦੇਸ਼ ਪ੍ਰਤਾਪ ਅਜੀਪਾਲ ਹਾਂਜੀ ਠੀਕ ਹੈ ਜੀ ਇਹ 13ਵੀਂ ਪੀੜੀ ਤੇ ਆ ਗਏ ਤੁਸੀਂ ਤਿੰਨ ਭਰਾ ਆ ਗਏ ਹਰਮਿੰਦਰ ਸਿੰਘ ਗੁਰਪ੍ਰਕਰਪਾਲ ਤੇ ਹਰਵੀਰ ਸਿੰਘ ਹਰਵੀਰ ਸਿੰਘ ਹਾਂਜੀ ਠੀਕ ਹੈ ਜੀ ਤੇ ਇਹ ਫਿਰ ਆਪਣੇ ਬੱਚਿਆਂ ਨੂੰ ਵੀ ਤੁਸੀਂ ਨਾਲ-ਨਾਲ ਸਖਿਆ ਰਹੇ ਹੋਊਗੀ ਅੱਗੇ ਰਹੇ ਨਾ ਯਾਦ ਗੱਲਾਂ ਯਾਦ ਰੱਖਣ ਕਿਤਾਬ ਅੱਜ ਕੈਮਰੇ 'ਚ ਹੀ ਕੈਦ ਹੋ ਗਈ ਇਹ ਸਾਰੀ ਉਮਰ ਲਈ ਯਾਦ ਹੀ ਰਹਿਣੀ ਹੈ ਜੀ ਹਾਂਜੀ ਤੇ ਪਰ ਜੇ ਯਾਦ ਕਰਨਗੇ ਤਾਂ ਰਹਿਣੀ ਹੈ ਜੀ ਇਹ ਤਾਂ ਕੰਮ ਹੈ ਕੀ ਤੁਹਾਨੂੰ ਜਣੀਆ ਤੇ ਬਹੁਤ ਵਧੀਆ ਲੱਗਿਆ ਜੀ ਇਹ ਤੁਸੀਂ ਇੰਨਾ ਮਤਲਬ ਦਾਦੇ ਪਰਦਾਦਿਆਂ ਤੋਂ ਜੋ ਤੁਸੀਂ ਸਿੱਖਿਆ ਉਹਨੂੰ ਇੱਕ ਰੂਪਰੇਖਾ ਦਿੱਤੀ ਹੈ ਕਿਉਂਕਿ ਇਹ ਚ ਆਪਾਂ ਇਹ ਵੀ ਨਹੀਂ ਕਹਿੰਦੇ ਵੀ 100% ਜਿਵੇਂ ਸਹੀ ਹੋਊਗਾ ਕਿਤੇ ਨਾ ਕਿਤੇ ਕੋਈ ਦਰਸ਼ਕ ਵੀ ਜੇ ਕਹਿੰਦਾ ਵੀ ਆਹ ਚੀਜ਼ ਐ ਨਹੀਂ ਤਾਂ ਹੋ ਸਕਦਾ ਕਿਤੇ ਨਾ ਕਿਤੇ ਤਾਂ ਚਲੋ ਗਲਤਫਹਮੀ ਰਹਿ ਵੀ ਸਕਦੀ ਆ ਪਰ ਉਹ ਲਗਭਗ ਨਹੀਂ ਜਿਵੇਂ ਇਹ ਮਲਾਇਆ ਗਿਆ ਨਹੀਂ ਕਈ ਹੁਣ ਜੋ ਅਥਾਸਕਾਰ ਆ ਤੁਸੀਂ ਕੋਸ਼ਿਸ਼ ਕੀਤੀ ਬ ਵੱਡੇ ਬ੍ਰਦਰ ਨੇ ਹੈ ਹੋਰ ਵੀ ਕੱਢਿਆਗਾ ਹੁਣ ਗਾਹਾਂ ਤਿੱਕਰ ਵੀ ਗਾਹਾਂ ਜਿਵੇਂ ਭਰਾ ਸੀਗੇ ਗਾਹਾਂ ਠੀਕ ਹੈ ਜੀ ਪਹਿਲੀ ਉਮਰ ਚ ਤਾਂ ਬਾਬਾ ਜੀ ਦੇ ਗਾਹਾਂ ਇਹਨਾਂ ਦੇ ਵੀ ਭਰਾ ਆਜ਼ਾਦ ਸੀ ਵੀ ਆ ਉੱਥੇ बसे ਵੇ ਆ ਉੱਥੇ बसे ਵੇ ਆ ਇਹ ਮੰਗਰੋਂ ਜਦੋਂ ਲਿਖਾਇਆ ਉਦੋਂ ਥੋੜਾ ਜਿਹਾ ਭੁੱਲਣ ਲੱਗ ਗਏ ਸੀ ਤੇ ਇੱਕ ਚੀਜ਼ ਹੋਰ ਦੱਸੋ ਜਿਵੇਂ ਸਿੱਧੂ ਸੀਗੇ ਜਿਹੜੇ ਸਿੱਧੂ ਉਹ ਪੰਜਾਬ ਚ ਆ ਕੇ ਬਸੇ ਸੀ ਜਾਂ ਇਹ ਰਾਜਸਥਾਨ ਤੋਂ ਹੀ ਚਲਦਾ ਆਉਂਦਾ ਮਤਲਬ ਜਸਲਮੀਰ ਤੋਂ ਇਹ ਸਿੱਧੂ ਤਾਂ ਰਾਜਸਥਾਨ ਤੋਂ ਹੀ ਆ ਆਹ ਬੱਟੀਰਾਏ ਬਠਿੰਡੇ ਦਾ ਰਾਜਾ ਰਿਹਾ ਕਿਸੇ ਟਾਈਮ 'ਚ ਜੀ ਠੀਕ ਹੈ ਬੱਟੀਰਾਏ ਜੀ ਹਾਂ ਇਹਦੇ ਨਾਂ ਤੇ ਬਠਿੰਡਾ ਪਾਟੀ ਪਟਿੰਡਾ ਠੀਕ ਹੈ ਜੀ ਇਸ ਨੇ ਰਾਜ ਕੀਤਾ ਇੱਥੇ ਇਹ ਮੁਗਲਾਂ ਤੋਂ ਖੋਲਿਆ ਸੀਗਾ ਠੀਕ ਹੈ ਠੀਕ ਹੈ ਜੀ ਕਿਸੇ ਟਾਈਮ 'ਚ ਇਹ ਰਾਜਾ ਰਿਆ ਬਾਟੀ ਰਾਇ ਠੀਕ ਹੈ ਠੀਕ ਹੈ ਜੀ ਤੇ ਇੱਕ ਇੱਕ ਦਰਸ਼ਕਾਂ ਨੂੰ ਹੋਰ ਵੀ ਚੰਨਾ ਪਾਓ ਉਦੋਂ ਉਦੋਂ ਦਾ ਦੱਸਦੇ ਹੁੰਦੇ ਹੈ ਇਤਿਹਾਸਕਾਰ ਕਈ ਵਿਚਣ ਦੱਸਿਆ ਪਿਆ ਵੀ ਇਹ ਜਿਹੜਾ ਕਿਲਾ ਬਣਿਆ ਹੋਇਆ ਬਸ਼ਿੰਡੇ ਦਾ ਇਹ ਸਤਲੁਜ ਦੇ ਕੰਢੇ ਤੇ ਬਣਿਆ ਹੋਇਆ ਸੀਗਾ ਅੱਛਾ ਜੀ ਹਾਂ ਵੀ ਪਾਣੀ ਦੇ ਨੇੜੇ ਜਾ ਕੇ ਸ਼ਹਿਰ ਬਸਦੰ ਤੇ ਜੈਸਰ ਮੇਲ ਤੋਂ ਜਦੋਂ ਪਿੰਡਾ ਪਾਣੀ ਹੁੰਦਾ ਸੀ ਜੈਸਰ ਮੇਲ ਦੇ ਕਿਲੇ ਤੇ ਜਦੋਂ ਜੋਤ ਵੀ ਉਹ ਲਾਉਂਦੇ ਕੜਾਹੇ ਚ ਜੋਤ ਚਾਨਣ ਕਰਨ ਵਾਸਤੇ ਰਾਜਾ ਤੇ ਇਥੋਂ ਬਿਛੰਡੇ ਤੋਂ ਦਿਸਦੀ ਹੁੰਦੀ ਸੀ ਉਦੋਂ ਵੀ ਇੰਨਾ ਅੱਛਾ ਸਾਫ ਸੀ ਇਹ ਤੇ ਫਿਰ ਕੋਈ ਬੁੱਕ ਵਗੈਰਾ ਵੀ ਤੁਸੀਂ ਲਿਖ ਰਹੇ ਹੋ ਜਾਂ ਮਤਲਬ ਕੋਸ਼ਿਸ਼ ਕਰ ਰਹੇ ਹੋ ਉੱਚੀ ਉੱਚੀ ਹੋ ਨਾ ਇਹ ਸੀਤਾ ਨਹੀਂ ਕੋਈ ਕੋਸ਼ਿਸ਼ ਕੀਤੀ ਇੰਨਾ ਕਿ ਇਤਿਹਾਸ ਪਤਾ ਸੀ ਉਹਨਾਂ ਕ ਦਾਸਤਾ ਤੁਹਾਨੂੰ ਸਾਹਮਣੇ ਰੱਖਿਆ ਠੀਕ ਹਾਂ ਹਾਂਜੀ ਉੱਚੀ ਕੀ ਗੱਲ ਕਰਦੇ ਸੀ ਵੀ ਜਿਵੇਂ ਉੱਚੀ ਮਿਸਾਲ ਟਾਈਪ ਹੁੰਦੀ ਸੀ ਮਿਸਾਲ ਕਹਿੰਦੇ ਸੀ ਉਹਨੂੰ ਉੱਚਾ ਚਾਨਣ ਕਰਨ ਵਾਸਤੇ ਕਾਫੀ ਉੱਚੀ ਹੋ ਰਾਜੇ ਜੈਸਲ ਦੇ ਕਿਲੇ ਤੇ ਜਿਹੜੀ ਜਗ ਦੀ ਸੀ ਠੀਕ ਹੈ ਜਿਹੜੀ ਇੱਥੋਂ ਦੀ ਸੀ ਹਾਂ ਜਿਹੜੀ ਇੱਥੋਂ ਦੇ ਸਿੱਧੀ ਸੀ ਉਦੋਂ ਰੋਹੀ ਵੀ ਆਵਾਂ ਹੁੰਦਾ ਸੀਗਾ ਜੀ ਉੱਥੋਂ ਦੇਸ ਜਨ ਦਾ ਹੀ ਦੂਰ ਚਾਨਣ ਠੀਕ ਹੈ ਛੋਟੀ ਕਹਿੰਦੇ ਵੀ ਛੋਟੇ ਜਿਹੇ ਕਾਰ ਚ ਦਿਸਦੀ ਹੁੰਦੀ ਸੀ ਠੀਕ ਬਹੁਤ ਵਧੀਆ ਲੱਗਿਆ ਜੀ ਇੱਥੇ ਗੁਰਦੁਆਰਾ ਨੌਮੀ ਨੌਮੀ ਪਾਸਾ ਹੀ ਸਾਹ ਤੋਂ ਥਰਮਲ ਦੀਆਂ ਲਾਈਟਾਂ ਦਿਸਦੀਆਂ ਹੁੰਦੀਆਂ ਸੀ ਠੀਕ ਹੈ ਠੀਕ ਹੈ ਰਾਤ ਨੂੰ ਹਾਂਜੀ ਤੇ ਬਹੁਤ ਵਧੀਆ ਲੱਗਿਆ ਬਹੁਤ ਹੋ ਗਿਆ ਹੁਣ ਤਾਂ ਨਹੀਂ ਪਤਾ ਲੱਗਦਾ ਜਦੋਂ ਥਰਮਲ ਬਣਿਆ ਬਣਿਆ ਮਸ਼ੀਨਰੀ ਵਾਲਾ ਉਦੋਂ ਨੌਮੀ ਪਾਸਾ ਹੀ ਗੁਰਦੁਆਰੇ ਦੇ ਉੱਪਰ ਚੜ ਕੇ ਉੱਥੋਂ ਦਿਸ ਜਾਂਦੀਆਂ ਸੀ ਸਾਫ਼ ਲਾਲ ਤਦ ਨਾਲ ਪ੍ਰਦੂਸ਼ਣ ਹੀ ਇੰਨਾ ਹੋ ਗਿਆ ਨਾ ਮੌਸਮ ਮੌਸਮ ਵੀ ਹੋ ਗਿਆ ਕੁਝ ਉਹ ਟਾਵਰ ਬਹੁਤ ਬਣ ਗਏ ਉਹਨਾਂ ਤੇ ਲਾਈਟਾਂ ਲੱਗੀਆਂ ਵੀ ਆ ਜੀ ਹਾਂ ਜੀ ਉਦੋਂ ਟਾਵਾਂ ਹੀ ਸੀਗਾ ਕੋਈ ਹਾਂਜੀ ਤੇ ਬਹੁਤ ਵਧੀਆ ਲੱਗਿਆ ਜੀ ਤੁਹਾਡੇ ਨਾਲ ਗੱਲਬਾਤ ਕਰਕੇ ਤੁਸੀਂ ਸਿੱਧੂ ਬਰਾੜ ਵੰਚ ਦਾ ਜੋ ਵੀ ਡਿਟੇਲ ਹੈ ਸ਼ੁਰੂ ਤੋਂ ਲੈ ਕੇ ਅੱਜ ਤੱਕ ਆਦੀ ਪੀੜੀ ਤੱਕ ਸਾਂਭ ਕੇ ਰੱਖਿਆ ਤੇ ਮੈਂ ਕੋਸ਼ਿਸ਼ ਕਰਾਂਗਾ ਵੀ ਅਸੀਂ ਵੀ ਇਹ ਚੀਜ਼ ਅੱਗੇ ਦਰਸ਼ਕਾਂ ਨਾਲ ਤਾਂ ਸ਼ੇਅਰ ਹੋਣੀ ਹੋਣੀ ਆ ਤਾਂ ਵੀ ਲਾਈਫਟਾਈਮ ਜਿੰਨਾ ਚਿਰ ਹੈਗੇ ਇਹਨੂੰ ਸਾਂਭ ਕੇ ਰੱਖਾਂ ਤੇ ਬੱਚਿਆਂ ਤੱਕ ਵੀ ਪਹੁੰਚਾਵਾਂਗੇ ਤੇ ਕਿਉਂਕਿ ਅੱਗੇ ਦੀ ਅੱਗੇ ਆਪਣਾ ਸਿੱਧੂ ਬਰਾੜ ਵੰਚ ਨੂੰ ਉਹਨਾਂ ਨੂੰ ਪਤਾ ਲੱਗਦਾ ਰਹਿਣਾ ਜੀ ਤੇ ਬਹੁਤ ਬਹੁਤ ਧੰਨਵਾਦ ਜੀ ਜੀ ਆਇਆਂ ਨੂੰ ਜੀ ਵੈਲਕਮ ਧੰਨਵਾਦ ਹਸੀ ਖਾਲ